ਕਪੂਰਥਲਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰਾਂ ਨੂੰ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਉਹਦੇ ਤਹਿਤ ਮੈਡਮ ਵਤਸਲਾ ਗੁਪਤਾ ਸਾਡੇ SSP ਕਪੂਰਥਲਾ ਜੀ ਦੀ ਰਹਿਨੁਮਾਈ ਹੇਠ ਕੱਲ੍ਹ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬਸਟ ਕੀਤਾ ਸੀ। ਇਹਦੇ ਵਿੱਚ ਅਸੀਂ 3 ਦੋਸ਼ੀਆਂ ਨੂੰ ਅਰੈਸਟ ਕੀਤਾ ਹੈਗਾ, ਗੁਰਬੀਰ, ਨਵਜੋਤ ਹੈਗਾ ਅਤੇ ਵਿਕਾਸ ਹੈਗਾ। ਇਹ 3 ਲੜਕੇ ਜਿਹੜੇ 2 ਸੁਹਾਨਪੁਰ ਦੇ, 1 ਢਿਲਵਾਂ ਦਾ ਹੈਗਾ। ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ, ਪਹਿਲਾਂ ਵੀ ਇਹ ਚੋਰੀ ਦੇ ਕੇਸ ਇਹਨਾਂ 'ਤੇ ਰਜਿਸਟਰ ਹੋਏ ਆ। ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਆ CA ਸਟਾਫ ਕਪੂਰਥਲਾ ਦੇ ਵਿੱਚ, ਔਰ ਇਹਨਾਂ ਦਾ ਅਸੀਂ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਹੋਰ ਅਸੀਂ ਪੁੱਛਗਿੱਛ ਕਰ ਰਹੇ ਹਾਂ। ਇਹਨਾਂ ਨੇ ਮੰਨਿਆ ਕਿ 2 ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ, ਬਾਕੀ ਵੱਖ ਵੱਖ ਥਾਵਾਂ ਤੋਂ ਜਿੱਦਾਂ ਜਲੰਧਰ ਜਾਂ ਇੱਧਰੋਂ ਕਰਤਾਰਪੁਰ ਸਾਈਡ ਤੋਂ ਸ਼ਹਿਰ ਸਿਟੀ ਤੋਂ ਉੱਥੋਂ ਕੀਤੇ ਹੈਗੇ। ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਉਹਨਾਂ ਤੋਂ ਆਈਡੈਂਟੀਫਿਕੇਸ਼ਨ ਕਰਾ ਰਹੇ ਹਾਂ ਵੀ ਕਿੱਥੋਂ ਕਿੱਥੋਂ ਚੋਰੀ ਕੀਤੇ ਹੈਗੇ ਜੀ। ਹਾਂ, ਇਹਨਾਂ ਦੇ ਖਿਲਾਫ ਪਹਿਲਾਂ ਵੀ ਪਰਚੇ ਰਜਿਸਟਰ ਹੈ, 1 ਦੇ ਖਿਲਾਫ 4 ਪਰਚੇ ਦਰਜ ਹੈਗੇ, 1 ਦੇ ਖਿਲਾਫ 1 ਪਰਚੇ ਦਰਜ ਹੈਗੇ। ਇਹ ਜੇਲ੍ਹ ਵਿੱਚੋਂ ਆਏ ਆ, ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਇੱਕ ਹੋਰ ਗੈਂਗ ਜਿਹੜਾ ਆ ਚੋਰੀ ਦੇ ਪਰਚੇ ਰਜਿਸਟਰ ਨਹੀਂ, ਨਸ਼ੇ ਦੇ ਪਰਚੇ ਚੋਰੀ ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਆ 2 ਜਣੇ, ਉਸ ਤੋਂ ਬਾਅਦ ਇਹ ਬਾਹਰ ਆਏ ਆ, ਉਹ ਇਹਦੇ ਕੰਟੈਕਟ 'ਚ ਆਏ ਆ। ਵਿਕਾਸ ਹੈ, ਵਿਕਾਸ ਨੂੰ ਵੀ ਇਹਨਾਂ ਨੇ ਨਾਲ ਲੈ ਲਿਆ, ਨਾਲ ਲੈ ਕੇ ਅਤੇ ਦੁਬਾਰਾ ਇਹਨਾਂ ਨੇ ਆਪਣਾ 3 ਮੈਂਬਰੀ ਗੈਂਗ ਜਿਹੜਾ ਉਹ ਤਿਆਰ ਕਰ ਲਿਆ, ਅਤੇ ਜਿਹੜੇ ਵਹੀਕਲਸ ਜਿਹੜੇ ਚੋਰੀ ਕਰਨ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ। ਇਹਦੇ ਬਾਰੇ ਹੁਣ ਤਫਤੀਸ਼ ਦਾ ਵਿਸ਼ਾ ਹੈ, ਉੱਥੇ ਅਸੀਂ ਵਰਕ ਕਰ ਰਹੇ ਹਾਂ ਤਾਂ ਪੁੱਛਗਿੱਛ ਕਰਾਂਗੇ। ਪਹਿਲਾਂ ਤਾਂ ਅਸੀਂ ਅਰੈਸਟ ਕੀਤੇ ਆ, ਸਾਰੇ ਵਹੀਕਲ ਜਿਹੜੇ ਹੈਗੇ ਵੱਖ ਵੱਖ ਜਗ੍ਹਾ 'ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਏ ਇਹਨਾਂ ਤੋਂ। ਹੁਣ ਨੈਕਸਟ ਜਿਹੜੀ ਆ ਤਫਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ ਕਿੱਥੇ ਵੇਚ ਰਹੇ ਸੀਗੇ ਜਾਂ ਕਿਹੜੇ ਬੰਦੇ ਇਹਨਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਵੀ ਸੀ। ਇਹ 1-6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ, 1-8 ਮਹੀਨੇ ਹੋਏ ਜੇਲ੍ਹ ਦੇ ਵਿੱਚੋਂ ਆਏ ਨੂੰ, ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਤਿਆਰ ਚੋਰੀ ਦੇ ਕਿਸੇ ਸੀ। ਥੈਂਕ ਯੂ। 3 ਬੰਦੇ, 3। ਥੈਂਕ ਯੂ।